के भी सुंदर कुड़िया का मुकाबला बठिंडे दे विच इस होटल दे विच करवाया जा रहा। ते सोहनिया सोहनिया कुड़िया 19 तरीक नूं 19 बजे इस होटल दे विच पहुंचन। ते जिहड़ी कुड़ी सब तो सोहनी हुई उहदा रिश्ता साडे मुंडे दे नाल पक्के PR दे नाल करवाउण दा मौका दित्ता जाऊगा। वी साला लोला ही आ ठगियां ठोरियां मारिया होंगे ता ही नहीं इत्थे किसे जिथे सोहनिया सोहनिया झोटियां लियाईआं जांदियां वी किहदे सिंग सोहणे किहदा चड्डा सोहणा ता उह देख के ता उहनां नूं नाम दित्ता जांदा। तुसीं साले लोकां दीआं कुड़ियां दीआं हुण डंगरां वांगू बोली लगा के ता फिर उत्थों चकोगे फिर रिश्ता कराउंगे। तू अपनी करेगा नमैश धीआं दी बाहर मार्केट दे विच खबर होर की होनी आ भी कनेडा दा कोई PR पक्का परिवार आ ते उन्होंने अपने मुंडे दे रिश्ते दे लई पंजाब दे विच इश्तिहार छपा के तां थां थां कंधां दे उत्ते लाते ते लिखिया भी जनरल कास्ट दा मुंडा आ कनेडा दे विच पक्का PR तां उहदे रिश्ते दे लई सानूं सोहणियां सोहणियां कुड़ियां चाहीदियां ते जिहदे करके भी सुंदर कुड़ियां दा मुकाबला बठिंडे दे विच इस होटल दे विच करवाया जा रहा। ते सोहणियां सोहणियां कुड़ियां 19 तरीक नूं 19 बजे इस होटल दे विच पहुंचन। ते जिहड़ी कुड़ी सब तों सोहणी हुई उहदा रिश्ता साडे मुंडे दे नाल पक्के PR दे नाल करवाउण दा मौका दित्ता जाऊगा। पहली गल भी आ वीडियो उस परिवार तक पहुंचा दिओ जिन्हां दा इह मुंडा आ भी जे तुहाडा मुंडा एक प्यो दा जे दो प्योआं दा होया तां गल वक्खरी जे एक प्यो दा इन्ना ही हूर भरा जम्मिया सी तां उहदी फोटो भी साले तुसीं पोस्टर दे विच देणी सी। लोकां दीआं सोहणियां सोहणियां कुड़ियां तां देखण लई होटल बुक कर लै ते अपना मुंडा जिहड़ा जम्मिया तां उहदी फोटो क्यों नहीं दित्ती। ਤਾਂ ਇੱਕ ਗੱਲ ਹੋਰ ਕਲੀਅਰ ਕਰ ਦਵਾਂ ਜੇ ਤਾਂ ਹੋਇਆ ਇੱਧਰਲਾ PR ਮੁੰਡਾ ਉਹ ਇੱਧਰਲਾ ਜੰਮਪਲ ਹੁਣ ਆ ਵੀ ਸਾਲਾ ਲੋਲਾ ਹੀ ਆ ਉਹ ਠੱਗੀਆਂ ਠੋਰੀਆਂ ਮਾਰਿਆ ਹੋਗੇ ਤਾਂ ਹੀ ਨਹੀਂ ਇੱਥੇ ਕਿਸੇ ਨੇ ਰਿਸ਼ਤਾ ਦਿੱਤਾ ਹੁਣ ਆ ਵੀ ਲੋਲਾ ਹੀ ਆ ਤਾਂ ਹੀ ਨਹੀਂ ਫੋਟੋ ਲਾਈ ਤੁਸੀਂ। ਅਤੇ ਦੂਜੀ ਗੱਲ ਤੁਸੀਂ ਯਾਰ ਪੰਜਾਬ ਦੀਆਂ ਕੁੜੀਆਂ ਨੂੰ ਡੰਗਰ ਸਮਝ ਲਿਆ ਹੁਣ ਪੰਜਾਬ ਦੇ ਵਿੱਚ ਖੰਨੇ ਮੋੜ ਮੰਡੀ ਦੇ ਵਿੱਚ ਡੰਗਰਾਂ ਦੀਆਂ ਬੋਲੀਆਂ ਲੱਗਦੀਆਂ ਜਿੱਥੇ ਸੋਹਣੀਆਂ ਸੋਹਣੀਆਂ ਝੋਟੀਆਂ ਲਿਆਈਆਂ ਜਾਂਦੀਆਂ ਵੀ ਕਿਹਦੇ ਸਿੰਘ ਸੋਹਣੇ ਕਿਹਦਾ ਚੱਡਾ ਸੋਹਣਾ ਤਾਂ ਉਹ ਦੇਖ ਕੇ ਤਾਂ ਉਹਨਾਂ ਨੂੰ ਨਾਮ ਦਿੱਤਾ ਜਾਂਦਾ। ਤੁਸੀਂ ਸਾਲਿਓ ਲੋਕਾਂ ਦੀਆਂ ਕੁੜੀਆਂ ਦੀਆਂ ਹੁਣ ਡੰਗਰਾਂ ਵਾਂਗੂ ਬੋਲੀ ਲਗਾ ਕੇ ਤਾਂ ਫਿਰ ਉੱਥੋਂ ਚੱਕੋਗੇ ਫਿਰ ਰਿਸ਼ਤਾ ਕਰਾਉਂਗੇ। ਅਤੇ ਐਡਾ ਸਾਲਿਓ ਕਿਹੜਾ ਤੁਸੀਂ ਕਨੇਡਾ ਦੇ ਵਿੱਚ ਆ ਕੇ ਰੱਬ ਬਣ ਗਏ ਆ ਕਿਤੇ ਦਾਤਾ ਲੱਗ ਗਿਆ ਤੁਸੀਂ ਇੱਥੇ ਆ ਕੇ ਵੀ ਕਨੇਡਾ ਆ ਗਏ ਤੁਸੀਂ ਵੀ ਪਤਾ ਨਹੀਂ ਯਾਰ ਤੁਹਾਨੂੰ ਕੀ ਹੋ ਗਿਆ। ਅਤੇ ਹੁਣ ਇੱਕ ਗੱਲ ਹੋਰ ਜਿਹੜੇ ਪਰਿਵਾਰ ਨੇ ਹੁਣ ਪੋਸਟਰ ਛਪਾਇਆ ਆ ਜੇ ਮੈਂ ਤੁਹਾਨੂੰ ਕਹਾਂ ਵੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚੋਂ ਅਡਾਨੀ ਆਪਣੇ ਮੁੰਡੇ ਦੇ ਲਈ ਕਨੇਡਾ ਦੇ ਵਿੱਚ ਰਹਿੰਦੀ PR ਕੁੜੀ ਦਾ ਰਿਸ਼ਤਾ ਮੰਗਦਾ ਫਿਰ ਤੁਸੀਂ ਆਪਣੀ ਕੁੜੀ ਭੇਜੋਗੇ ਉਸ ਹੋਟਲ ਦੇ ਵਿੱਚ? ਮੰਨ ਲਓ ਜੇ ਬਾਦਲ ਕਹਿੰਦਾ ਵੀ ਮੈਂ ਆਪਣੇ ਮੁੰਡੇ ਦਾ ਰਿਸ਼ਤਾ ਕਰਾਉਣਾ ਜੀ ਪੰਜਾਬ ਕਨੇਡਾ ਦੀ PR ਕੁੜੀ ਨਾਲ, ਉਸੇ ਬਠਿੰਡੇ ਹੋਟਲ ਦੇ ਵਿੱਚ ਭੇਜੋਗੇ ਕੁੜੀ ਆਪਣੀ ਨੂੰ ਤੁਸੀਂ? ਤੁਸੀਂ ਸਾਲਿਓ ਕਨੇਡਾ ਦੇ ਵਿੱਚ PR ਲਾ ਕੇ ਤੁਸੀਂ ਤਾਂ ਰੱਬ ਹੀ ਭੁੱਲ ਜਾਂਦੇ ਵੀ ਰੱਬ ਨਾਂ ਦੀ ਕੋਈ ਚੀਜ਼ ਹੈਗੀ ਆ। ਲੋਕਾਂ ਦੀਆਂ ਕੁੜੀਆਂ ਦੇਖਦੇ ਤੁਸੀਂ ਆਪਣੀ ਕੁੜੀ ਭੇਜੋ ਜੇ ਕਿਸੇ ਨੇ ਰਿਸ਼ਤਾ ਮੰਗਣਾ ਹੋਇਆ ਤਾਂ ਉੱਥੇ। ਅਤੇ ਦੂਜੀ ਆ ਜਿਹਨੇ ਪੋਸਟਰ ਪ੍ਰਿੰਟ ਕੀਤਾ ਆ ਉਹ ਤੈਨੂੰ ਮਾਸਾ ਸ਼ਰਮ ਨਹੀਂ ਆਈ? ਚੱਲ ਜੇ ਤੇਰਾ ਕੰਮ ਆ ਤਾਂ ਆਪਣੀ ਕੁੜੀ ਵੀ ਭੇਜਦਾ ਬਠਿੰਡੇ ਹੋਟਲ ਦੇ ਵਿੱਚ 23 ਤਰੀਕ ਨੂੰ ਫਿਰ ਜਿਹਨੇ ਇਹ ਪੋਸਟਰ ਛਪਾਇਆ ਆ। ਸੋ ਤਾਂ ਕਰਕੇ ਕੰਮ ਆਪਣੀ ਜਗ੍ਹਾ ਹੁੰਦਾ ਅਤੇ ਅਣਖ ਆਪਣੀ ਜਗ੍ਹਾ ਹੁੰਦੀ ਆ। ਸੋ ਤਾਂ ਕਰਕੇ ਪੰਜਾਬ ਵਾਸੀਆਂ ਨੂੰ ਵੀ ਜਿਹਨੇ ਆਹ ਪੋਸਟਰ ਛਪਾਇਆ ਪਹਿਲਾਂ ਤਾਂ ਉਹਦੀ ਛਿੱਤਰ ਕੁੱਟ ਕਰੋ ਅਤੇ ਦੂਜਾ ਜਿਹੜੇ ਪੋਸਟਰ 'ਤੇ ਨੰਬਰ ਦਿੱਤੇ ਹੋ ਆ ਉਸ ਲਾ ਕੇ ਤਾਂ ਉਹਨਾਂ ਦੀ ਮਾਂ ਭੈਣ ਇੱਕ ਕਰੋ। ਸਾਲੇ ਬਣੇ ਕਨੇਡਾ ਦੇ ਦੱਲੇ ਭੈਣ ਚੁੰਮੇ ਤੋਂ।